ਗੁਰੂ ਰਾਮਦਾਸ ਜੀ ਦਾ ਦੁਆਰ ਹੈ, ਗੁਰੂ ਨਾਨਕ ਸਾਹਿਬ ਜੀ ਦਾ ਦੁਆਰ ਹੈ, ਇੱਥੇ ਤਾਂ ਪੁੱਛਣ ਦੀ ਗੱਲ ਹੀ ਹੈ ਨਹੀਂ ਵੀ ਕਿੱਦਾਂ ਦਾ ਲੱਗ ਰਿਹਾ। ਇਹ ਤਾਂ ਬਾਹਰ ਇੱਥੇ ਆ ਕੇ ਕੁਛ ਹੋਰ ਫੀਲ ਹੁੰਦਾ, ਬਾਹਰ ਜਾ ਕੇ ਕੁਛ ਹੋਰ ਫੀਲ ਹੁੰਦਾ ਹੈ, ਇਹ ਤਾਂ ਸਾਰੀ ਦੁਨੀਆ ਹੀ ਜਾਣਦੀ ਹੈ। ਇੱਥੇ ਆ ਕੇ ਜਿਹੜਾ ਸਕੂਨ ਮਿਲਦਾ ਹੈ ਉਹ ਤਾਂ ਕਿਤੇ ਬਾਹਰ ਹੈ ਹੀ ਨਹੀਂ। ਇਹਨਾਂ ਨੇ ਸਾਰਾ ਕੁਛ ਦੱਸਤਾ ਸਾਰਿਆਂ ਬਾਰੇ, ਸਾਰੇ ਇੱਕੋ ਹੀ ਹੈ ਮੈਨੂੰ ਲੱਗਦਾ। ਜਾਣਕਾਰੀ ਮਿਲੀ ਇਤਿਹਾਸ ਨਾਲ ਸਾਂਝਾ ਪਈਆਂ ਕਹਿੰਦੇ ਹਾਂ ਹਾਂ ਉਸ ਹਾਂ ਦੇ ਵਿੱਚ ਬਿਲਕੁਲ ਬਿਲਕੁਲ ਬਿਲਕੁਲ। ਹਾਂ ਬਾਦਸ਼ਾਹ ਪਿੱਛੇ ਆਪਾਂ ਦਸੋਂ ਪਾਤਸ਼ਾਹੀਆਂ ਦੇ ਸ਼ਬਦ ਵੀ ਗਾਏ ਸੀਗੇ, ਗੁਰੂ ਗ੍ਰੰਥ ਸਾਹਿਬ ਜੀ ਦੇ ਵੀ ਸ਼ਬਦ ਗਾਇਆ ਸੀ। ਦਿੰਦਾ ਏ ਸਹਾਰਾ ਮੈਨੂੰ ਪਲ ਪਲ ਜੋ, ਮੁਸ਼ਕਿਲ ਮੇਰੀ ਦਾ ਕਰਦਾ ਏ ਹਲ ਜੋ, ਉਹ ਹੋਰ ਕੋਈ ਨਹੀਂ ਮੇਰਾ ਗੁਰੂ ਗ੍ਰੰਥ ਸਾਹਿਬ ਹੈ, ਮੇਰਾ ਗੁਰੂ ਗ੍ਰੰਥ ਸਾਹਿਬ। ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਲਈ ਹਰ ਸਿੱਖ ਦੁਨੀਆ ਦੇ ਕੋਨੇ ਚ ਵੱਸਦਾ ਵੱਸਦਾ ਨਿਤ ਅਰਦਾਸ ਕਰਦਾ। ਉਹਦੀ ਅਰਦਾਸ ਦੇ ਬੋਲ ਹੁੰਦੇ ਆ ਸਤਿਗੁਰਾਂ ਦੇ ਦਰ ਦੇ ਦਰਸ਼ਨ ਇਸ਼ਨਾਨ। ਇਸ ਦਰ ਵਰਗਾ ਦੁਨੀਆ ਤੇ ਕੋਈ ਡਰ ਨਹੀਂ, ਤੇ ਗੁਰੂ ਰਾਮਦਾਸ ਦੇ ਦਰ ਤੇ ਨਤਮਸਤਕ ਹੋਣ ਵਾਸਤੇ ਆਏ ਹਾਂ। ਸੱਚਖੰਡ ਸ੍ਰੀ ਦਰਬਾਰ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੂੰ ਨਤਮਸਤਕ ਹੋਏ ਹਾਂ, ਸ੍ਰੀ ਅਕਾਲ ਤਖ਼ਤ ਸਾਹਿਬ ਤੇ ਨਤਮਸਤਕ ਹੋਏ ਹਾਂ, ਸ਼ਹੀਦਾਂ ਦੇ ਸਥਾਨਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਔਰ 1984 ਦੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਯਾਦਗਾਰੀ ਸਥਾਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਅਸਥਾਨ ਤੇ ਗੁਰਦੁਆਰਾ ਖੜਾ ਸਾਹਿਬ, ਸਾਰੇ ਗੁਰਸਥਾਨਾਂ ਤੇ ਨਤਮਸਤਕ ਹੋਣਾ ਕੀਤਾ, ਗੁਰੂ ਦੇ ਦਰਸ਼ਨ ਦਿਦਾਰੇ ਕੀਤੇ ਆ। ਜਦੋਂ ਵੀ ਸਤਿਗੁਰ ਸੱਚੇ ਪਾਤਸ਼ਾਹ ਦਾ ਹੁਕਮ ਹੁੰਦਾ ਇਸ ਦਰ ਤੇ ਦਰਸ਼ਨ ਕਰਨ ਆਈਦਾ। ਅੱਜ ਮੇਰੇ ਨਾਲ ਜਗਮਾਲ ਵਾਲੀ ਅਸਥਾਨ ਦੇ ਮੌਜੂਦਾ ਮੁਖੀ, ਜਿਹਨਾਂ ਨੂੰ ਸੰਤ ਵਕੀਲ ਬਹਾਦਰ ਚੰਦ ਜੀ ਤੋਂ ਬਾਅਦ ਅਸਥਾਨ ਦੀ ਜ਼ਿੰਮੇਵਾਰੀ ਜਿਹੜੀ ਦਿੱਤੀ ਗਈ, ਉਹ ਵੀ ਅੱਜ ਨਤਮਸਤਕ ਹੋਣ ਆਪਣੇ ਸਾਥੀਆਂ ਸਮੇਤ ਆਏ ਆ ਗੁਰੂ ਰਾਮਦਾਸ ਦੇ ਦਰ ਦੇ ਉੱਤੇ ਅਰਦਾਸ ਸਰਬੱਤ ਦੇ ਭਲੇ ਦੀ, ਕਿਉਂਕਿ ਇਹ ਦਰ ਆ ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਜਿੱਥੇ ਰੋਜ਼ਾਨਾ ਦੁਨੀਆ ਦੇ ਕੋਨੇ ਕੋਨੇ ਚ ਆਵਾਜ਼ ਜਾਂਦੀ, ਇੱਕ ਪਿਤਾ ਇੱਕ ਸਕੇ ਹਮਬਾਰਕ ਤੂੰ ਮੇਰਾ ਗੁਰਹਾਈ। ਤੋ ਸਤਿਗੁਰ ਦੇ ਚਰਨਾਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਆ, ਦਰਸ਼ਨ ਕੀਤੇ ਆ, ਔਰ ਕੋਸ਼ਿਸ਼ ਰਹਿੰਦੀ ਆ ਕਿ ਜਿਹੜਾ ਕਦੇ ਨਹੀਂ ਆਇਆ ਅੱਜ ਮੇਰੇ ਨਾਲ ਉਹ ਵੀ ਆਏ ਆ ਜਿਹੜੇ ਕਦੇ ਨਹੀਂ ਸੀ ਆਏ। ਬਹੁਤ ਸਾਰੇ ਸ਼ਰਧਾਲੂ ਜਿਹੜੇ ਆ, ਭਾਵੇਂ ਕਿ ਬਾਬਾ ਵਰਿੰਦਰ ਸਿੰਘ ਤਾਂ ਪਹਿਲਾਂ ਵੀ ਕਈ ਵਾਰ ਆਏ, ਦਰਸ਼ਨ ਕੀਤੇ, ਇਹਨਾਂ ਤੋਂ ਪਹਿਲੇ ਜਿਹੜੇ ਸੀ ਬਾਬਾ ਵਕੀਲ ਸਾਹਿਬ ਉਹ ਵੀ ਕਈ ਵਾਰ ਦਰਸ਼ਨ ਕਰਕੇ ਗਏ। ਤਾਂ ਕੋਸ਼ਿਸ਼ ਰਹਿੰਦੀ ਹੈ ਕਿਉਂਕਿ ਸਥਾਨ ਜਗਮਾਲ ਵਾਲੀ ਦੇ ਜਿਹੜੇ ਸ਼ਰਧਾਲੂ ਆ ਉਹ ਬਾੜਮੇਰ ਦੇ ਵਿੱਚੋਂ, ਰਾਜਸਥਾਨ ਚੋਂ, ਹਰਿਆਣਵੀ ਜਿਹੜੇ ਬਹੁਤ ਸਾਰੇ ਸ਼ਰਧਾਲੂ ਗੈਰ ਸਿੱਖ ਜਿਹੜੇ ਕਦੇ ਦਰਬਾਰ ਸਾਹਿਬ ਨਹੀਂ ਆਏ। ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਸਿੱਖਾਂ ਚ ਤਾਂ ਸਿੱਖੀ ਦਾ ਪ੍ਰਚਾਰ ਕਰਦੇ ਹਾਂ, ਗੁਰਬਾਣੀ ਦਾ, ਗੁਰਮਤ ਦਾ, ਜਿਹੜੇ ਗੈਰ ਸਿੱਖ ਕਦੇ ਨਹੀਂ ਆਏ ਉਹਨਾਂ ਨੂੰ ਗੁਰੂ ਦੇ ਦਰ ਨਾਲ ਜੋੜਿਆ ਜਾਵੇ ਤੇ ਦਰਸ਼ਨ ਕਰਨ ਆਉਣ, ਗੁਰੂ ਦੇ ਦਰ ਤੋਂ, ਗੁਰੂ ਦੇ ਇਤਿਹਾਸ ਤੋਂ, ਗੁਰੂ ਦੀ ਬਾਣੀ ਤੋਂ ਜਾਣੂ ਹੋਣ। ਅੱਜ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਇਸ ਅਸਥਾਨ ਦੇ ਦਰਸ਼ਨ, ਬਾਬਾ ਵਰਿੰਦਰ ਸਿੰਘ ਜੀ ਆਪਣੇ ਸਾਥ